सत श्री अकाल। नवीआं ते ताजीआं खबरां देखण लई साडे ए तिमान चैनल नूं सबसक्राइब करो अते बैल आइकन दबाणा ना भुल्लो। चैनल देख रहे सारे दर्शकों नूं मेरे वालों यानी मनप्रीत कौर वालों प्यार भरी सत श्री अकाल। सो अज असीं पहुंचे हाँ शहर कुराली दे विच पैंदे गुरद्वारा श्री हरगोबिंदगढ़ साहिब दे विच। सो इत्थे बाणी कीर्तन सिखलाई अकैडमी की शुरुआत की जा रही है। वधेरे जानकारी दे लई बणो साडे नाल। ਚੌਕੀਆਂ ਝੰਡੇ ਹੋਵੇ ਜਦੋਂ ਅਟਲ ਧਰਮ ਕਾ ਜੈਕਾਰ ਹੋਵੇ। ਬੋਲੋ ਜੀ ਆਪ ਜੀ ਕੇ ਸਿੱਖਾਂ ਦਾ ਮਨ ਦੀ ਮਾਤਰ ਜੀ ਮਨ ਪਰਕਾਰ ਵਾਹਿਗੁਰੂ ਜੀ ਇਹ ਦਵਾਣਿਆਂ ਦੇ ਮਹਾਨ ਨਿਤਾਣਿਆਂ ਦੇ ਕਾਰਨ ਹੋ ਕੇ ਅੱਜ ਲੋਕ ਧਰਮ ਨੂੰ ਧਾਰਨ ਕਰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧਾਰਨ ਧਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦੀਆਂ ਦੇ ਹਜ਼ੂਰ ਅਰਦਾਸ ਬੇਨਤੀ ਜੋਦਰੀ ਕੀਤੀ ਜਾਂਦੀ ਹੈ। ਸੱਚੇ ਪਾਤਸ਼ਾਹ ਗੁਰਦੁਆਰਾ ਸ਼੍ਰੀ ਹਰਗੋਬਿੰਦਗੜ੍ਹ ਸਾਹਿਬ ਵਿਖੇ ਆਪ ਜੀ ਦੇ ਦਰਬਾਰ ਦੇ ਦੀਵਾਨ ਦਰਘਰ ਦੇ ਸੇਵਾਦਾਰ ਭਾਈ ਹਰਜੀਤ ਸਿੰਘ ਜੀ ਵੱਲੋਂ ਸੱਚੇ ਪਾਤਸ਼ਾਹ ਜੀ ਔਰ ਬਾਣੀ ਸੰਗੀਤ ਅਕੈਡਮੀ ਸੱਚੇ ਪਾਤਸ਼ਾਹ ਕੀਰਤਨ ਸਿਖਲਾਈ ਦੇ ਵਾਸਤੇ ਸੱਚੇ ਪਾਤਸ਼ਾਹ ਜੀ ਅਗਰ ਰੱਬ ਦਾ ਘਰ ਹੈ ਮਾਣ ਹੈ ਰੱਬ ਦਾ ਦੇ ਵਾਸਤੇ ਆਗਿਆ ਲੈਣ ਵਾਸਤੇ ਅਰਦਾਸ ਬੇਨਤੀ ਹੈ। ਸੰਗਤ ਸੱਚੇ ਪਾਤਸ਼ਾਹ ਗੁਰਦੁਆਰਾ ਸਾਹਿਬ ਵਿਖੇ ਬਾਣੀ ਸੰਗੀਤ ਅਕੈਡਮੀ ਸੱਚੇ ਪਾਤਸ਼ਾਹ ਕੀਰਤਨ ਸਿਖਲਾਈ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ਕਾਨੀ ਮਹਾਰਾਜ ਆਪ ਜੀਆਂ ਨੇ ਸੇਵਕਾਂ ਦੇ ਕਾਰਜ ਆਪਣੇ ਕਿਰਪਾ ਸਤਿਕਾਰ ਸੱਚੇ ਪਾਤਸ਼ਾਹ ਜੀ ਸੰਪੂਰਨ ਕਰਨੇ ਚੜ੍ਹਦੀ ਕਲਾ ਬਖਸ਼ਿਸ਼ਕਾਨੀ ਮਹਾਰਾਜ ਕੀਰਤਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਬੱਚਿਆਂ ਨੂੰ ਬੀਬੀਆਂ ਨੂੰ ਲੋੜਵੰਦ ਨੂੰ ਸੱਚੇ ਪਾਤਸ਼ਾਹ ਜੀ ਚਾਹ ਬਾਣਨੇ ਕੀਰਤਨ ਸਿੱਖਣ ਦੇ ਸੱਚੇ ਪਾਠ ਗੁਰਬਾਣੀ ਕੀਰਤਨ ਜਾਂ ਸਗਾਇਨ ਕਰਨ ਦੇ ਮਹਾਰਾਜ ਉਹਨਾਂ ਨੂੰ ਇਸ ਅਕੈਡਮੀ ਵਿੱਚ ਭਾਗ ਲੈਣ ਦੇ ਬਲ ਬਖਸ਼ਿਸ਼ਕਾਨੇ ਕੀਰਤਨ ਦੀ ਸੱਚੇ ਪਾਤਸ਼ਾਹ ਜੀ ਦਾਤ ਬਖਸ਼ੀ ਹੈ ਮਹਾਰਾਜ ਅੱਗੇ ਵੰਡਣ ਦੀ ਆਪ ਜੀਆਂ ਨੇ ਸਮਰੱਥਾ ਬਖਸ਼ਿਸ਼ਕਾਨੀ ਬਲਬੁੱਧੀ ਬਖਸ਼ਿਸ਼ਕਾਨੀ ਸੱਚੇ ਪਾਤਸ਼ਾਹ ਮਹਾਰਾਜ ਜੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ। ਕਿਰਪਾ ਕਰੋ ਆਪ ਜੀ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ। ਹੁਕਮਨਾਮੇ ਜੀ ਸਮਰੱਥਾ ਬਖਸ਼ੋ ਬਾਣੀ ਸੰਗੀਤ ਅਕੈਡਮੀ ਸੱਚੇ ਕੀਰਤਨ ਸਿਖਲਾਈ ਸੱਚੇ ਪਾਤਸ਼ਾਹ ਆਰੰਭ ਕਰਨ ਦੀ ਆਗਿਆ ਬਖਸ਼ਿਸ਼ਕਾਨੀ ਮੇਰਾ ਕਾਲੀਆ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਜੋ ਆਪ ਜੀ ਦਰ 'ਤੇ ਆਵੇ ਸੋ ਰਾਜੀ ਜਾਵੇ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਨਾਨਕ ਨਾਮ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ ਤੀਜਾ ਵਿੱਚ ਤੈ ਵਾਤੂ ਪਾਈ ਵਰ ਭੋਜਨ ਅੰਮ੍ਰਿਤ ਸਾਰ ਜਿਤ ਖਾਧੈ ਮਨ ਤ੍ਰਿਪਤੀ ਹੈ ਪਾਈਐ ਮੋਹ ਦੁਆਰ ਆੜੈ ਵਿੱਚ ਤੈ ਵਾਤੂ ਪਾਈ ਸਤ ਪਰ ਭੋਜਨ ਅੰਮ੍ਰਿਤ ਸਾਰ ਜਿਤ ਖਾਧੈ ਮਨ ਤ੍ਰਿਪਤੀ ਹੈ ਪਾਈਐ ਮੋਹ ਦੁਆਰ ਜੋ ਭੋਜਨ ਅਲੱਭ ਹੈ ਸੰਤ ਕੋ ਲੱਭ ਹੈ ਗੁਰ ਵਿਚਾਰ ਇਹ ਮੁਦਾਵਣੀ ਜੋ ਵਿੱਚੋਂ ਕੱਢੀ ਹੈ ਸਦਾ ਰੱਖੀ ਹੈ ਗੁਰ ਥਾਰ ਗੁਰ ਦੇਖਣ ਮਾਰੀਆ ਗੁਰਮੁਖੀਆ ਮਨ ਵੇਲ ਬਿਲਾਵਣ ਹਾਰੀਆ ਹੋ ਬਲ ਜਾ ਮਨ ਦਿਲ ਰਾਤ ਗੁਰ ਦੇਖਣ ਹਾਰੀਆ ਵਾਹਿਗੁਰੂ ਜੀ ਕਾ ਖਾਲਸਾ।
ਸੋ ਵਧੇਰੇ ਜਾਣਕਾਰੀ ਦੇ ਲਈ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਇਹ ਜੋ ਤੁਸੀਂ ਅਕੈਡਮੀ ਸ਼ੁਰੂ ਕਰਵਾਉਣ ਜਾ ਰਹੇ ਹੋ, ਇਹਦੇ ਬਾਰੇ ਥੋੜ੍ਹੀ ਜਾਣਕਾਰੀ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਵੱਲੋਂ ਆਪਣੀ ਬੱਚੀ ਬਲਕੀਰਤ ਕੌਰ ਬਾਣੀ ਦੇ ਨਾਮ 'ਤੇ ਜੋ ਅਕੈਡਮੀ ਅੱਜ ਸ਼ੁਰੂ ਕੀਤੀ ਜਾ ਰਹੀ ਹੈ, ਇਹ ਅਕੈਡਮੀ ਇਸ ਅਕੈਡਮੀ ਦੇ ਵਿੱਚ ਬੱਚੇ ਬੀਬੀਆਂ ਅਤੇ ਵੀਰਾਂ ਨੂੰ ਕੀਰਤਨ ਦੀ ਸਿਖਲਾਈ ਦਿੱਤੀ ਜਾਵੇਗੀ। ਜਿਨ੍ਹਾਂ ਵੀਰਾਂ ਭੈਣਾਂ ਨੇ ਬੀਬੀਆਂ ਨੇ ਰਾਗਾਂ ਦੇ ਵਿੱਚ ਕੀਰਤਨ ਸਿੱਖਣਾ ਹੋਵੇ, ਉਹਨਾਂ ਨੂੰ ਰਾਗਾਂ ਦੇ ਵਿੱਚ ਕੀਰਤਨ ਸਿਖਾਇਆ ਜਾਵੇਗਾ। ਜਿਨ੍ਹਾਂ ਨੇ ਸਿੱਧੀਆਂ ਸੁਰਾਂ ਦੇ ਵਿੱਚ ਕੀਰਤਨ ਸਿੱਖਣਾ ਹੋਵੇ, ਉਹਨਾਂ ਨੂੰ ਸਿੱਧੀਆਂ ਸੁਰਾਂ ਦੇ ਵਿੱਚ ਕੀਰਤਨ ਸਿਖਾਇਆ ਜਾਵੇਗਾ। ਦਾਸ ਵੱਲੋਂ ਪਿਛਲੇ 22 ਸਾਲਾਂ ਤੋਂ ਅਕੈਡਮੀ ਦੇ ਨਾਲ ਜੁੜੇ ਹਾਂ। ਸਿੱਖ ਮਿਸ਼ਨਰੀ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ ਕੀਰਤਨ ਦੀ। ਉਸ ਤੋਂ ਬਾਅਦ ਪਿਛਲੇ ਸਮੇਂ ਦੌਰਾਨ ਦਾਸ ਜੀਰਕਪੁਰ ਵਿਖੇ ਵੀ 70 ਕੁ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਦੇ ਰਹੇ ਸੀ। ਹੁਣ ਇੱਥੇ ਪਿਛਲੇ 10 ਕੁ ਮਹੀਨੇ ਤੋਂ ਬਤੌਰ ਕਥਾਵਾਚਕ ਦੀ ਸੇਵਾ ਨਿਭਾ ਰਹੇ ਹਾਂ। ਬੱਚਿਆਂ ਵੱਲੋਂ ਬੀਬੀਆਂ ਵੱਲੋਂ ਬਹੁਤ ਰੁਚੀ ਦਿਖਾਈ ਜਾ ਰਹੀ ਸੀ, ਜਿਸ ਦੇ ਕਾਰਨ ਦਾਸ ਨੇ ਪ੍ਰਧਾਨ ਜੀ ਉਹਨਾਂ ਨਾਲ ਸਲਾਹ ਕੀਤੀ ਅਤੇ ਪ੍ਰਧਾਨ ਜੀ ਨੇ ਆਖਿਆ ਵੀ ਜਿਸ ਤਰ੍ਹਾਂ ਤੁਸੀਂ ਕਹੋਗੇ ਅਸੀਂ ਤੁਹਾਨੂੰ ਪੂਰਾ ਸਹਿਯੋਗ ਦੇਵਾਂਗੇ। ਪ੍ਰਧਾਨ ਜੀ ਦਾ ਧੰਨਵਾਦ ਹੈ ਸਰਦਾਰ ਬਲਵਿੰਦਰ ਸਿੰਘ ਜੀ ਅਤੇ ਸਮੂਹ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਦਾਸ ਨੂੰ ਸਹਿਯੋਗ ਦਿੱਤਾ ਅਤੇ ਇਹਨਾਂ ਦੇ ਸਹਿਯੋਗ ਦੇ ਸਦਕਾ ਇਹ ਅਕੈਡਮੀ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਸੋ ਬੇਨਤੀ ਹੈ ਸੰਗਤਾਂ ਨੂੰ ਜਿਨ੍ਹਾਂ ਨੇ ਵੀ ਕੀਰਤਨ ਦੀ ਸਿਖਲਾਈ ਲੈਣੀ ਹੋਵੇ ਇਸ ਅਕੈਡਮੀ ਦੇ ਵਿੱਚ ਆ ਕੇ ਕੀਰਤਨ ਦੀ ਸਿਖਲਾਈ ਲੈ ਸਕਦੇ ਹੋ ਜੀ। ਸੋ ਇਸ ਸਿਖਲਾਈ ਦਾ ਸਮਾਂ ਕੀ ਹੋਏਗਾ ਸਾਰੀ ਸੰਗਤ ਨੂੰ? 3:30 ਤੋਂ ਲੈ ਕੇ 5:30 ਵਜੇ ਤੱਕ ਸ਼ਾਮੀ ਕੀਰਤਨ ਦੀ ਸਿਖਲਾਈ ਦਾ ਸਮਾਂ ਹੋਵੇਗਾ ਜੀ। ਕੀਰਤਨ ਦੇ ਨਾਲ ਨਾਲ ਸਾਜ਼ ਵੀ ਸਿਖਾਏ ਜਾਣਗੇ ਬੱਚਿਆਂ ਨੂੰ? ਹਾਰਮੋਨੀਅਮ, ਤਬਲਾ ਅਤੇ ਢੋਲਕੀ ਇਹ 3 ਸਾਜ਼ ਸਿਖਾਏ ਜਾਣਗੇ ਕੀਰਤਨ ਦੀਆਂ ਕਲਾਸਾਂ ਦੇ ਵਿੱਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਉਮੀਦ ਕਰਦੇ ਹਾਂ ਕਿ ਪੂਰੀ ਜਾਣਕਾਰੀ ਤੁਹਾਨੂੰ ਮਿਲੀ ਹੋਏਗੀ। ਸੋ ਹੋਰ ਵਧੇਰੇ ਜਾਣਕਾਰੀ ਦੇ ਲਈ, ਹੋਰ ਵੀ ਨਵੀਆਂ ਦਿਲਚਸਪ ਖਬਰਾਂ ਦੇ ਲਈ ਜੁੜੇ ਰਹੋ ਇਤਿਮਾਨ ਚੈਨਲ ਨਾਲ। ਧੰਨਵਾਦ। ਸਿਖਲਾਈ ਲੈਣੀ ਹੈ ਕਿਹਨਾਂ ਸੁਰਾਂ ਦੇ ਆਧਾਰ 'ਤੇ ਹੋਵੇ?
कीर्तन की सिखलाई है जी संगीत के जिन्हें भी जिन्होंने भी कीर्तन की सिखलाई की है सत सुर के आधार पर सत सुर ने सा रे गा मा पा वा नी सा इन्हों के आधार पर ही रागों की जानकारी मिलती है। इन्हों के आधार पर ही असी सीधिया सुर कीर्तन की सिखलाई प्राप्त करते हैं। सत सुर समूह में सप्त कहते हैं, सत स्वर के समूह चा रे गा मा वाहेगुरु जी ओ नी सा नी सप्त सत स्वर के समूह सप्त कहते हैं। हाँ जी हारमोनीयम के तीन सप्त होंगे हारमोनीयम के बैठ जाओ जी तीन सप्त होंगे हर सप्तक विच किन्ने सप्त स्वर होंगे सत स्वर होंगे सप्तक नंबर एक मंदर सप्तक मंदर सप्तक नंबर दो मध सप्तक मध विचकार वाला तार सप्तक तार ऊपर वाला मंदर सप्तक मध सप्तक तार सप्तक पहले सप्तक दे विच मंदर सप्तक दे विच कीर्तन की सिखलाई दी जाती है। मध सप्तक विच कीर्तन किया जाता है। मध सप्तक विच कीर्तन किया जाता तार सप्तक दे विच खाली बजाया जाता है जां पीस मारे जाते म्यूजिक दिता जाता है जिवें कीर्तन दे विच जदों आपां साह लैणा उदों खाली बजाया जाता तार सप्तक दे विच बजाउंदे तार सप्तक विच खाली म्यूजिक म्यूजिक दिता जाता जां पीस मारे जाते हैं पीस कीर्तन हाँ जी हम आप कीर्तन की शुरुआत करते कर दें। देखो जी ये थोड़ा सा है इस उंगल के नाल पहली उंगल दूजी फिर ये दबा रे फिर पहली सा नी दा पा
फिर दूजी उंगल दे नाल मां, फिर तीजी उंगल दे नाल पा, फिर दा अंगूठे दे नाल, दूजी उंगल दे नाल नी, तीजी उंगल दे नाल सा। ये ध्यान रखना भी उंगलां इन्हां जिहड़ियां इधर उधर नहीं होनियां चाहीदियां, नहीं तो फिर कदे इदां कदे उदां, इस तरह फिर तुहाडा हथ इहना जिहड़ा बिल्कुल तेज़ नहीं चलता। जे तेज़ चलाउणा हथ फिर जिस तरह रूल बनया होया, सुरां बनिया हुई ने उन्हां सुरां दे मुताबक ही अपनियां उंगलां नूं ढालना है। जिस तरह सुरां दे मुताबक तुसीं उंगलां नूं ढालोगे उस तरह तुहाडा हथ चलेगा। सब तो पहला कोशिश ये करनी है साड़ी आवाज़ है ना जिहड़ी वह हारमोनीयम दे नाल मिलनी चाहिए। जिन्ना चिर असी आवाज़ हारमोनीयम दे नाल नहीं ना मिलाउंदे, हारमोनीयम दे नाल आवाज़ मिला के नहीं गाउंदे, उन्ना चिर असी सुरीले कीर्तनीय नहीं बन सकते। सुरीले बनने वास्ते सानू पहला हारमोनीयम सुनना पैना है, उस तो बाद जिहड़ी आवाज़ हारमोनीयम दे विच्चों निकलदी है ना उस आवाज़ दे नाल अपनी आवाज़ मिलाउणी है। इस दा साढ़े उस्ताद जी कहा करते सन, कहिंदे इस दा नाम हारमोनीयम है पर उस्तादा ने इहदा नाम बाजा रख दिता। बाजा इस करके रख दिता भी इहनूं मेहनत करनी बहुत पैंदी है ते इह बंदे नूं बाजा बना दिंदा है। बाजा इस करके बना दिंदा भी रियाज करी जाणा सा। मैं अपनी गल दसदा, जदों मैं पहली बार सा सुर लाई ना, सा सुर लाई ते उस्ताद जी ने सरगम दसी, ते मतलब जदों बच्चा हुंदा बच्चे नूं चाह हुंदा सरगमा सीखण दा, कीर्तन सीखण दा, ते मेरे वड्डे सिस्टर सी कहिंदे तां दिमाग ही लगे आ तां सा सुर लाई जांदा इह ते बाजा हो गया। फिर मैं उस्ताद जी नूं पुछिया, मैं कहा उस्ताद जी भी मैनूं तां मेरी सिस्टर बाजा कहण लग गई। कहिंदे पुत्तरा इस नूं बाजा इसे करके कहा जांदा भी इह मेहनत बहुत ज़्यादा मंगदा है, ते जे मेहनत करांगे तां असीं सुरीले बन सकदे आ। इह नहीं भी असीं जो कुछ सीखे आ ਇੱਥੇ ਹੀ ਛੱਡ ਕੇ ਅਤੇ ਦੁਬਾਰਾ ਅਗਲੀ ਕਲਾਸ ਦੇ ਵਿੱਚ ਆ ਕੇ ਪੁੱਛਣਾ ਵੀਰ ਜੀ ਅਸੀਂ ਤਾਂ ਜੋ ਕੀਤਾ ਸੀ ਉਹੀ ਇੱਥੇ ਸਿੱਖ ਕੇ ਗਏ ਸੀ, ਘਰ ਜਾ ਕੇ ਬਿਲਕੁਲ ਨਹੀਂ ਵਜਾਇਆ। ਹਾਰਮੋਨੀਅਮ ਸਿੱਖਣ ਵਾਸਤੇ ਮਿਹਨਤ ਕਰਨੀ ਪੈਣੀ ਹੈ। ਮੇਰੀ ਤਾਂ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਵਿਦਿਆਰਥੀ ਕੀਰਤਨ ਸਿੱਖਦਾ ਨਾ ਉਸ ਵਿਦਿਆਰਥੀ ਨੂੰ ਸਿਰਫ 2 ਮਹੀਨੇ ਦੇ ਵਿੱਚ ਕੀਰਤਨ ਆਪਾਂ ਕਰਨ ਲਾ ਲਈਏ। 2 ਮਹੀਨੇ ਦੇ ਵਿੱਚ ਜੇਕਰ ਤੁਸੀਂ ਮੇਰੇ ਮੁਤਾਬਕ ਚੱਲੋਗੇ ਤਾਂ, ਜੇ ਮਿਹਨਤ ਕਰੋਗੇ ਤਾਂ 2 ਮਹੀਨੇ ਦੇ ਵਿੱਚ ਮੈਂ ਤੁਹਾਡਾ ਵਾਅਦਾ ਕਰਦਾ ਵੀ ਤੁਸੀਂ ਸ਼ਬਦ ਪੜ੍ਹਨ ਲੱਗ ਜਾਓਗੇ ਸਾਰੇ, ਅਤੇ ਉਸ ਦੇ ਵਾਸਤੇ ਤੁਹਾਨੂੰ ਮੇਰੇ ਮੁਤਾਬਕ ਚੱਲਣਾ ਪੈਣਾ। ਜੇ ਇੱਥੇ ਆਪਾਂ 2 ਘੰਟੇ ਦੀ ਕਲਾਸ ਲਗਾਈ ਹੈ ਜਾਂ 1.5 ਘੰਟੇ ਦੀ ਕਲਾਸ ਲਗਾਈ ਹੈ, ਉਸ ਤੋਂ ਬਾਅਦ ਤੁਹਾਨੂੰ ਘੱਟੋ ਘੱਟ ਵੀ ਹਰ ਰੋਜ਼ 1 ਘੰਟੇ ਦਾ ਟਾਈਮ ਕੱਢਣਾ ਪੈਣਾ। ਪਹਿਲਾਂ ਸਰਗਮਾ ਸਿੱਖਣੀ ਹੈ। ਸਰਗਮਾ ਮੈਂ ਜ਼ਿਆਦਾ ਨਹੀਂ, ਉਸਤਾਦ ਤਾਂ 20-30 ਸਰਗਮਾ ਸਿਖਾਉਂਦੇ ਨੇ, ਮੈਂ ਤਾਂ ਸਿਰਫ ਜ਼ਿਆਦਾ ਨਹੀਂ ਤਾਂ 6 ਕੁ ਸਰਗਮਾ ਸਿਖਾਉਣਾ। ਉਸ ਤੋਂ ਬਾਅਦ ਆਪਾਂ ਸ਼ਬਦਾਂ ਦੀ ਸ਼ੁਰੂਆਤ ਕਰ ਦਿੰਦੇ ਹਾਂ। ਸਰਗਮ ਹੈ ਜਿਹੜੀਆਂ ਉਹ ਕੀਰਤਨ ਦਾ ਆਧਾਰ ਹੈ। ਆਪਾਂ ਬਿਲਡਿੰਗ ਤਿਆਰ ਕਰਦੇ ਹਾਂ, ਨੀਹਾਂ ਪੱਟੀਆਂ ਜਾਂਦੀਆਂ ਨਾ, ਨੀਹਾਂ ਮਜ਼ਬੂਤ ਕਰਨ ਵਾਸਤੇ ਸਾਨੂੰ ਸਰਗਮਾਂ ਸਿੱਖਣੀਆਂ ਪੈਣੀਆਂ। ਜੇ ਨੀਹਾਂ ਮਜ਼ਬੂਤ ਹੋ ਗਈਆਂ ਬਿਲਡਿੰਗ ਆਪਣੇ ਆਪ ਮਜ਼ਬੂਤ ਹੋ ਜਾਵੇ, ਫਿਰ ਤੁਸੀਂ ਸੁਰੀਲੇ ਕੀਰਤਨੀਏ ਬਣ ਸਕੋਗੇ। ਇਸ ਕਰਕੇ ਮਿਹਨਤ ਕਰਨੀ ਹੈ ਨਾ ਬਹੁਤ ਜ਼ਰੂਰੀ ਹੈ। ਸਰਗਮਾਂ ਪਹਿਲਾਂ ਪਕਾਉਣੀ ਹੈ, ਉਸ ਤੋਂ ਬਾਅਦ ਤੁਹਾਨੂੰ ਛੋਟੇ ਛੋਟੇ ਸ਼ਬਦ, ਫਿਰ ਰਾਗ, ਫਿਰ ਉਸ ਤੋਂ ਬਾਅਦ ਜਦੋਂ ਹੌਲੀ ਹੌਲੀ ਤੁਸੀਂ ਮਿਹਨਤ ਕਰੀ ਜਾਓਗੇ ਨਾ, ਫਿਰ ਇੱਕ ਨਾ ਸੁਰ ਗਿਆਨ ਹੁੰਦਾ। ਸੁਰ ਗਿਆਨ ਕਹਿੰਦੇ ਨੇ ਵੀ ਜਿਹੜਾ ਇਨਸਾਨ ਦੂਜਾ ਕੋਈ ਸੰਗੀਤਕਾਰ, ਕੋਈ ਰਾਗੀ, ਕੋਈ ਢਾਡੀ, ਕੋਈ ਗਾਇਕ ਗੀਤ ਗਾਉਂਦਾ, ਗਜ਼ਲ ਗਾਉਂਦਾ ਜਾਂ ਸ਼ਬਦ ਕੀਰਤਨ ਕਰਦਾ, ਤੁਸੀਂ ਫੱਟ ਪਛਾਣ ਜਾਵੋਗੇ ਵੀ ਇਹ ਕਿਹੜੇ ਸੁਰ 'ਤੇ ਗਾਉਂਦਾ। ਉਸ ਨੂੰ ਕਹਿੰਦੇ ਆ ਸੁਰ ਗਿਆਨ। ਜਦੋਂ ਤੁਹਾਨੂੰ ਸੁਰ ਗਿਆਨ ਹੋ ਗਿਆ, ਮੰਨੋ ਮੈਂ ਸ਼ਬਦ ਪੜ੍ਹ ਰਿਹਾ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੁਸੀਂ ਫੱਟ ਕੱਢ ਲਓਗੇ ਵੀ ਇਹ ਫਲਾਣੇ ਸੁਰ 'ਤੇ ਕੀਰਤਨ ਕਰ ਰਿਹਾ, ਅਸੀਂ ਉਸ ਦੇ ਮੁਤਾਬਕ ਸ਼ਬਦ ਕੱਢ ਸਕਦੇ ਹਾਂ। ਅਤੇ ਬਾਅਦ ਦੇ ਵਿੱਚ ਜਿਹੜਾ ਤੁਹਾਡਾ ਆਪਣਾ ਸਾਜ, ਜਿਵੇਂ ਬੀਬੀਆਂ ਦਾ ਸਾਜ ਨਾ ਜਿਹੜਾ ਉਹ ਆਵਾਜ਼ ਦੇ ਮੁਤਾਬਕ ਹੁੰਦਾ, ਬੱਚਿਆਂ ਦਾ ਸਾਹ ਅਤੇ ਬੀਬੀਆਂ ਦਾ ਸਾਹ ਇੱਕ ਹੁੰਦਾ। ਉਹ ਇਸ ਕਰਕੇ ਵੀ ਬੱਚਿਆਂ ਦੀ ਆਵਾਜ਼ ਅਤੇ ਬੀਬੀਆਂ ਦੀ ਆਵਾਜ਼ ਨਾ ਜਿਹੜੀ ਬਰੀਕ ਹੁੰਦੀ ਹੈ, ਬੰਦਿਆਂ ਦੀ ਆਵਾਜ਼ ਜਿਹੜੀ ਮੋਟੀ ਹੁੰਦੀ ਹੈ, ਉਹਨਾਂ ਦਾ ਸਾਜ ਜਿਹੜਾ ਭਾਰਾ ਹੁੰਦਾ ਆਵਾਜ਼ ਦੇ ਮੁਤਾਬਕ। ਇਸ ਕਰਕੇ ਤੁਸੀਂ ਆਪਣੀ ਕੋਈ ਵੀ ਰਾਗੀ ਗਾਉਂਦਾ ਜਾਂ ਬੀਬੀ ਕੀਰਤਨ ਕਰਦੀ ਹੈ, ਤੁਹਾਨੂੰ ਪਛਾਣ ਆ ਜਾਵੇਗੀ ਜਦੋਂ ਤੁਹਾਡਾ ਤੁਹਾਨੂੰ ਸੁਰ ਗਿਆਨ ਹੋ ਗਿਆ। ਸੁਰ ਗਿਆਨ ਦੇ ਆਧਾਰ 'ਤੇ ਤੁਸੀਂ ਸ਼ਬਦ ਕੱਢ ਸਕਦੇ ਹਾਂ, ਰੀਤਾਂ ਕੱਢ ਸਕਦੇ ਹਾਂ, ਆਪਣੇ ਆਪ ਮਤਲਬ ਤੁਸੀਂ ਤਰੱਕੀ ਕਰ ਸਕਦੇ ਹਾਂ। ਉਹ ਤੁਹਾਡੀ ਮਿਹਨਤ 'ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨੀ ਮਿਹਨਤ ਕਰਦੇ ਹਾਂ, ਕਿੱਥੇ ਤੱਕ ਤੁਹਾਡੀ ਸੁਰ ਦੀ ਪਕੜ ਹੋ ਚੁੱਕੀ ਹੈ। ਜਦੋਂ ਤੁਹਾਡੀ ਸੁਰ ਦੀ ਪਕੜ ਹੋ ਗਈ ਤੁਸੀਂ ਸ਼ਬਦ ਆਪਣੇ ਆਪ ਕੱਢਣ ਲੱਗ ਜਾਵੋਗੇ, ਫਿਰ ਤਾਂ ਤੁਹਾਨੂੰ ਸਿੱਖਣ ਦੀ ਲੋੜ ਹੀ ਨਹੀਂ। ਹੁਣ ਅਸੀਂ 4 ਸਾਲ ਸਿੱਖੇ ਹਾਂ, ਸਾਨੂੰ ਤਾਂ ਇਹ ਸੀ ਨਾ ਵੀ ਅਸੀਂ ਰਾਗੀ ਬਣਨਾ,
रागी बनने वास्ते कला ये नहीं भी पिंडा दे विच कीर्तन कर रहे हैं हूँ जिमें असी तख्त साहब से सेवा निभा रहे हैं दूजे सिंघां नूं देखदे हैं साडा भी मन करता है कि असी भी तख्त साहब से कीर्तन करिए उस दे वास्ते थानू समय का राग आना जरूरी है जिमें अजकल बसंत रुत्त चल रही है बसंत राग आना जरूरी है जिदा बसंत रुत्त बदलेगी बरसात रुत्त आउंदी है थानू मल्हार राग आना चाहिए अमृत वेले का तुहानू आसा राग आना चाहिए दोपहर वेले का सारंग आना चाहिए शाम वेले का तुखारी आना चाहिए तुसी जाके तख्तां ते कीर्तन कर सकते हो इहदे वास्ते मेहनत बहुत ज़्यादा करनी पैंदी है तो मेहनत करन वास्ते सीखना जरूरी है तो सीखण वास्ते थानू किसी ना कोई उस्ताद धारण करना पड़ेगा तो थानू मेहनत करनी जरूरी है जे मेहनत करोगे तो एक ना एक दिन तुसी वधिया कीर्तनी है वधिया रागी बन सकते हैं इस करके थानू मेहनत करनी बहुत जरूरी है जी। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। सारिया कराली दियां रब रूप संगतां पहुंचियां सारिआं नूं जी आइआं नूं धन्नवाद जिन्ने कदम चले सिर मत्थे ते भाई साहब ने अकैडमी खोली है गुरद्वारा हरगोबिंदगढ़ साहब साढ़े चंगे भाग है बहुत वधिया जगह है हरगोबिंद साहब के नाम ते उन्हां दे चरण भी पए हैं उरे बहुत वधिया वधिया कार्ज होने चाहीदे हैं कमेटी नूं होर उपराले करने चाहीदे बड़े निष्काम तौर पर ही करी है जो शरदा के मुताबिक जो सेवा कर सकता है वध तों वध सहयोग करो। गुरु अर्जन देव जी महाराज ने भी कहा कि जो कीर्तन है बरसदा होया मीह है साडी संगत जिहड़ी हैगी कराली दी बहुत भावना वाली है बहुत शरदा वाली है शरदा दे नाल भावना दे नाल मेहनत की भी लोड़ है शरदा भावना दे नूं भी तां ही फल लगेगा जे मेहनत करोंगे तो महाराज की कृपा तुसीं हाजर नाजर अंग संग महाराज नूं महसूस करोगे सारिया खुशियां महाराज दियां तुसीं महाराज दा तुहानूं देण नूं खड़े आ खुशियां सारियां सारिया संगतां नूं जी आयां नूं वध तों वध अकैडमी चला लो थोड़ा गहना है गहने अपने गहने संभालो महाराज ने हीरे जवाहरात पैदा करे हैं वो गुरबाणी के पाठ करने ना हज़ारा करोड़ों गुणा गल फल थोनों यदा कीर्तन करने का सारिया संगत बहुत भावना रखदियाँ सारिया के चरणों नमस्कार किसानी अंदोलन चल रहा है निम्रता नाल बराग विच कीर्तन भी सुनो तो होर वो वो सिमरन करो जो बाणी अकैडमी खुली है सारे बच्चे सारिया बधाइया वीर जी उन्होंने बधाइया हरदीप सिंह जी ने ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਕਮੇਟੀ ਨੂੰ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹ ਇਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ।